ਹੁਣ ਏਸੀ ਤੇ ਫਰਿੱਜਾਂ ਆਪਣੀਆਂ ਮਰਜ਼ੀ ਨਾਲ ਇਸਤੇਮਾਲ ਕਰੀਏ, ਮਿਸਤਰੀ ਦੀ ਗੱਲ ਨਾ ਮੰਨੀਏ, ਤਾਰਾਂ ਪੁੱਟੀਆਂ ਸਿੱਧੀਆਂ ਲਾਈ ਤੇ ਪਟਾਕੇ ਪੈਂਦੇ, ਪਟਾਕੇ ਪੈਂਦੇ ਨੇ ਕਿ ਨਹੀਂ ਬੋਲਦੇ? ਤੇ ਜੇ ਅਸੀਂ ਕੁਰਾਨ ਉਹਦੀ ਉਸਕੋ ਰਹਿਨਮਾਈ ਹਾਸਲ ਨਹੀਂ ਕਰਨੀ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਫਰਮਾ ਬਰਦਾਰੀ ਨਹੀਂ ਕਰਨੀ, ਦੁਨੀਆ ਅੰਦਰ ਵੀ ਜ਼ਿਲਤ ਹੈ, ਕਬਰ ਅੰਦਰ ਵੀ ਰਸਵਾਈ ਹੈ, ਕਿਆਮਤ ਨੂੰ ਵੀ ਰਸਵਾਈ ਔਰ ਜ਼ਿਲਤ ਹੈ, ਉੱਥੇ ਆਵਾਜ਼ ਆਏਗੀ ਵੰਤਾਜ਼ੁਲ ਯੌਮਾ ਅਸ਼ਹਲ ਮੁਜਰਮੂਨ, ਇਹ ਮੁਜਰਮਾਂ ਨੂੰ ਅਲੈਦਾ ਕਰ ਦੋ, ਕਟਹਿਰੇ ਅੰਦਰ ਖੜੇ ਕਰ ਦੋ, ਕਿਆ ਬਣੇਗਾ ਉਸ ਦਿਨ? ਅੱਲਾਹ ਕੋਲ ਡਰ ਜਾਓ, ਖੌਫ ਏ ਖੁਦਾ ਪੈਦਾ ਕਰੋ। ਅਮੀਆਂ ਇਹ ਕੁਰਾਨ ਹਦੀਸ ਕਾਫੀ ਹੈ, ਬਸ ਇਸਲਾਮ ਮੁਕੰਮਲ ਹੋ ਚੁੱਕਿਆ ਹੈ। ਅੱਲਾ ਦੀ ਕਸਮ, ਹਜ਼ਰਤ ਸ਼ਾਹ ਸਾਹਿਬ ਨੇ ਬੜੀਆਂ ਪਿਆਰੀਆਂ ਬਾਤਾਂ ਕੀਤੀਆਂ ਨੇ, ਅਲ ਯੌਮ ਅਕਮਲਤੁ ਲਕੁਮ ਦੀਨਕੁਮ ਵਾ ਅਤਮਮਤੁ ਅਲੈਕੁਮ ਨਿਅਮਤੀ ਵਾ ਰਜ਼ੀਤੁ ਲਕੁਮ ਅਲ ਇਸਲਾਮ ਦੀਨਾ। ਔਰ ਜਿਵੇਂ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨਬੂਵਤ ਦਾ ਆਖਰੀ ਸਟੇਸ਼ਨ ਬਣ ਕੇ ਆਏ ਨੇ, ਇਵੇਂ ਦੀਨੇ ਇਸਲਾਮ ਦੇ ਵੀ ਆਖਰੀ ਸਟੇਸ਼ਨ ਬਣ ਕੇ ਆਏ ਸੱਲੱਲਾਹੁ ਅਲੈਹਿ ਵਸੱਲਮ। ਜਿਹੜਾ ਦੀਨੇ ਇਸਲਾਮ ਹਜ਼ਰਤ ਆਦਮ ਤੂੰ ਚੱਲਿਆ, ਉਹ ਨਬੀ ਪਾਕ ਤੇ ਮੁਕੰਮਲ ਹੋ ਗਿਆ। ਜਿਹੜੀ ਨਬੂਵਤ ਹਜ਼ਰਤ ਆਦਮ ਤੂੰ ਚੱਲੀ ਹੈ, ਆਮੀਨਾ ਦੇ ਲਾਲ ਤੇ ਮੁਕੰਮਲ ਹੋ ਗਈ ਹੈ। ਹੁਣ ਪਿੱਛੋਂ ਝੂਠੇ ਕਜ਼ਾਬ ਦਜਾਲ ਆਣਗੇ, ਸੱਚਾ ਨਬੀ ਕੋਈ ਆ ਸਕਦਾ ਨਹੀਂ? ਹਜ਼ਰਾਤ, ਕੁਰਾਨ ਉਹ ਹਦੀਸ ਰਹਿਨਮਾਈ ਵਾਸਤੇ ਕਾਫੀ ਹੈ, ਅੱਲਾ ਕਰੇ ਅਸੀਂ ਅਮਲ ਕਰਨ ਵਾਲੇ ਬਣ ਜਾਏ। ਹਜ਼ਰਾਤ, ਉਹ ਦੀਨੀ ਤਾਲੀਮਾਂ ਮਸਜਿਦ ਅੰਦਰ ਮਦਰਸੇ ਅੰਦਰ ਮਿਲੇਗੀ। ਖੁਦਾਰਾ ਆਪਣੇ ਬੱਚਿਆਂ ਨੂੰ ਮਸਜਿਦ ਦਾ ਮਦਰਸੇ ਦਾ ਰੁਖ ਇੱਧਰ ਭੇਜਿਆ ਕਰੋ, ਇਨਸ਼ਾਅੱਲਾ ਇਨਸ਼ਾਅੱਲਾ ਨੇਕ ਔਲਾਦ ਮਾਂ ਬਾਪ ਵਾਸਤੇ ਨਜਾਤ ਦਾ ਜ਼ਰੀਆ ਹੁੰਦੀ ਹੈ, ਸਦਕਾ ਜਾਰੀਆ ਹੁੰਦੀ ਹੈ। ਤੇ ਜੇ ਔਲਾਦਾਂ ਸਾਰਾ ਦਿਨ ਅਵਾਰਾ ਕਰਦੀਆਂ ਕਰਨ, ਅੱਬਾ ਨੂੰ ਅੱਬੇ ਜੀ ਨੂੰ ਪਤਾ ਹੀ ਨਹੀਂ, ਉਹ ਨਾ ਹੋਏ ਕਿਆਮਤ ਨੂੰ ਔਲਾਦ ਦਾ ਹੱਥ ਹੋਏ ਤੇ ਮਾਂ ਬਾਪ ਦਾ ਗਿਰੇਬਾਨ ਹੋਏ। ਬਾਪ ਨੂੰ ਫਿਕਰ ਕਰਨੀ ਚਾਹੀਦੀ, ਅੱਬੂ ਨੂੰ ਫਿਕਰ ਕਰਨੀ ਚਾਹੀਦੀ, ਸਾਰਾ ਦਿਨ ਮੁੰਡਾ ਕਿੱਥੇ ਰਹਿੰਦਾ, ਕੀ ਕਰਦਾ, ਕਿਹਨਾਂ ਨਾਲ ਬਹਿੰਦਾ, ਬੇਟੀ ਕਦੋਂ ਆ ਰਹੀ ਹੈ, ਕਿੱਥੇ ਜਾ ਰਹੀ ਹੈ। ਹਜ਼ਰਾਤ, ਇਹ ਸਾਰੇ ਮਾਂ ਬਾਪ ਦੀ ਡਿਊਟੀ ਹੈ। ਪੁੱਤਰ ਵੇਖੋ ਕਿਤੇ ਉਹਨਾਂ ਲੋਕਾਂ ਦਾ ਦਿਨ ਨਹੀਂ ਬਹਿੰਦਾ ਜਿਹੜੇ ਸਾਰਾ ਦਿਨ ਆਵਾਰਾ ਗਰਦੀ ਕਰਦੇ ਨੇ, ਤਾਸ਼ ਖੇਡਦੇ ਨੇ, ਕੁੱਤੇ ਲੜਾਉਂਦੇ ਨੇ, ਕੁੱਕੜ ਲੜਾਉਂਦੇ ਨੇ, ਕਬੂਤਰ ਬਾਸ, ਨਸ਼ਈ ਤੇ ਭੰਗੀ ਚਰਸੀ। ਕਿਆ ਔਲਾਦ ਇਹਨਾਂ ਦੀ ਮਜਲਿਸ ਅੰਦਰ ਤੇ ਨਹੀਂ ਬਹਿਣ ਲੱਗ ਗਈ? ਇਹ ਮਾਂ ਬਾਪ ਦਾ ਹੱਕ ਹੈ, ਡਿਊਟੀ ਹੈ ਕਿ ਇਹਨਾਂ ਦੀ ਅੱਛੀ ਤਰਬੀਅਤ ਕੀਤੀ ਜਾਏ। ਔਰ ਸਿਆਣੇ ਆਉਂਦੇ ਨੇ, ਚੰਗਿਆਂ ਦੇ ਲੜ ਲੱਗਿਆਂ ਮੇਰੀ ਝੋਲੀ ਅੰਦਰ ਫੁੱਲ ਪਏ, ਮੰਦਿਆਂ ਦੇ ਲੜ ਲੱਗਿਆਂ ਮੇਰੇ ਅਗਲੇ ਹੀ ਡੁੱਲ ਗਏ। ਕੂ ਅਨਫੁਸਕੁਮ ਬਾ ਅਹਲੀਕੁਮ ਨਾਰਾ, ਖੁਦਾਰਾ ਖੁਦ ਵੀ ਜਹੰਨਮ ਤੋਂ ਬਚੋ, ਆਪਣੇ ਬੱਚਿਆਂ ਨੂੰ ਵੀ ਜਹੰਨਮ ਦੀ ਅੱਗ ਤੋਂ ਬਚਾਓ, ਮੇਰੀ ਤਰਫ ਵੇਖੋ। ਕੁਰਾਨ ਪਤਾ ਕੀ ਆਉਂਦਾ, ਇਹ ਵੇਖ ਲਓ, ਸੈਯਦਨਾ ਇਬਰਾਹੀਮ ਨਬੀ ਆਪਣੇ ਬੱਚਿਆਂ ਦੀ ਤਰਬੀਅਤ ਕਰ ਰਹੇ ਨੇ, ਪਹਿਲਾ ਪਾਰਾ ਆਪਣੇ ਬੱਚਿਆਂ ਦੀ ਤਰਬੀਅਤ ਫਰਮਾ ਰਹੇ ਨੇ। ਇਮਾਮ ਕਾਇਨਾਤ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਸੀਨੇ ਤੇ ਅੱਲਾ ਜ਼ੁਲ ਜਲਾਲ ਦਾ ਕੁਰਾਨ ਆਇਆ। ਅੱਲਾ ਫਰਮਾਉਂਦੇ ਨੇ ਵਾ ਵਸਾ ਬਿਹਾ ਇਬਰਾਹੀਮ ਬਨੀ ਹੈ ਵਾ ਯਾਕੂਬ, ਜ਼ਰਾ ਫਿਰ ਕਹੋ ਸੁਭਾਨ, ਬਹੁ ਕੇ ਸਾਰੀ ਰਾਤ ਇਨਸ਼ਾਅੱਲਾ ਫਜਰ ਤੱਕ ਬਹੁ ਕੇ ਜਾਂ ਭੱਜ ਜਾਓਗੇ, ਪਤਾ ਲੱਗ ਜਾਏਗਾ ਕਿੰਨੀ ਦੇਰ ਤੁਸੀਂ ਬਹਿੰਦੇ ਹੋ। ਇਹਦਾ ਸੁਣੋ ਕੁਰਾਨ, ਫਰਮਾਇਆ ਵਾ ਬਸਾ ਬਿਹਾ ਇਬਰਾਹੀਮ ਬਨੀ ਹੈ ਵਾ ਯਾਕੂਬ ਯਾ ਬਨੀਆ ਇਨਲਾਹ ਅਸਤਫਾ ਲਕੁਮੁਦੀਨ ਫਲਾ ਤਮੂਤੁਨਾ ਇਲਾ ਵਾ ਅੰਤੁਮ ਮੁਸਲਿਮੂਨ। ਅੱਲਾ ਜ਼ੁਲ ਜਲਾਲ ਫਰਮਾਉਂਦੇ ਨੇ, ਇਬਰਾਹੀਮ ਨਬੀ ਨੇ ਆਪਣੀ ਔਲਾਦ ਨੂੰ ਵਸੀਤਾਂ ਕੀਤੀਆਂ, ਤਰਬੀਤਾਂ ਕੀਤੀਆਂ, ਯਾਕੂਬ ਨਬੀ ਨੇ ਆਪਣੀ ਔਲਾਦ ਦੀਆਂ ਤਰਬੀਤਾਂ ਤੇ ਵਸੀਤਾਂ ਕੀਤੀਆਂ, ਹਜ਼ਰਤ ਇਬਰਾਹੀਮ ਫਰਮਾ ਰਹੇ ਨੇ ਆਪਣੀ ਔਲਾਦ ਨੂੰ, ਯਾਕੂਬ ਨਬੀ ਫਰਮਾ ਰਹੇ ਨੇ ਆਪਣੀ ਔਲਾਦ ਨੂੰ, ਓਏ ਪੁੱਤਰੋ ਅੱਲਾ ਪਾਕ ਨੇ ਤੁਹਾਡੇ ਵਾਸਤੇ ਇੱਕ ਦੀਨ ਨੂੰ ਪਸੰਦ ਕਰ ਲਿਆ, ਉਹ ਦੀਨ ਦੀਨੇ ਇਸਲਾਮ ਹੈ। ਖਬਰਦਾਰ ਪੁੱਤਰੋ, ਜਦੋਂ ਤੁਹਾਨੂੰ ਮੌਤ ਆਏ ਦੀਨੇ ਇਸਲਾਮ ਤੇ ਹੋਵੋ।
اے ماں باپ نو فکر لگی ہے اے قران پاک دا اگلا مقام سنیا جے قران دا حضرت یعقوب نو اولاد دی فکر اے تربیت ہو رہی ہے فضیلت ہو رہی ہے ام کن تم شہداء اذ حاضر یا تو بل موت اذ قال لبنی ہے ما تعبدون من بعدی قالوا نعبد الهك واله ابائك ابراهيم واسماعيل واسحاق الها واحد ونحن له حضرت یعقوب علیہ الصلوۃ والسلام آخری ویلہ ہے حضرات موت دا وقت قریب ہے اپنے بچیاں نو پتراں نو جمع کیتا اے رب دا نبی حضرت یعقوب علیہ السلام اپنے بیٹیاں نو جمع کر کے آندے نے اے فکر ویکھ لو ایتھے تے ابا جی نو فکر ہوندی ہے اے زمیناں جائیداداں کوٹھیاں بلڈنگاں مال تے دولت دی فکر اے ابا جی نو اولاد دے عقیدے دی فکر لگی ہے ابا جی یعقوب نبی فرماندے نے اس قال لبنی ہے ما تعبدون من بعدی ذرا پھر کہو سبحان اللہ خدا دی قسم باپ یعقوب نبی ہے آندا پترو میرے بعد کیندی عبادت کرو گے سارے بیٹے جمانے بیٹے آندے نے کالو نعبد الہ کا و الہ آوائے کا ابراہیم و اسماعیل و اسحاق اے ابا جی تو آٹے الہ تو آٹے باپ دادا دے الہ ابراہیم دا رب اسماعیل دا رب اسحاق دا رب او کنے کنے قرآن دا الہ واحدہ کوئی آسمان والا جین من داتا ہے پتر آندے نے ابو جی فکر نہ کرو ایک رب نو منن والے ہاں حضرات توحید نہ ہوئے نمازاں قبول نہیں ہوندیاں عقیدہ توحید نہ ہوئے حجاں دا کوئی فائدہ کوئی نہیں عقیدہ توحید کوئی نہیں صدقے خیرات قربانیاں دا کوئی فائدہ نہیں او بلیا بن توحید نجات نہیں ہونی پاوے مریے وچ مدینے حضرات تو ہی ضروری ہے ادھر میری طرف ویکھیا جے اللہ ذوالجلال دی قسم شرک بہت بڑا گناہ جے جڑا بندہ اللہ پاک دی ذات اور صفات دے اندر کسے نو سانجی شریف ٹھہرا دیندا ہے اے شرک ہے شرک اللہ پاک نے معاف نہیں جے کرنا حضرات اے ستواں پارا جے میری طرف ویکھو قرآن سن لو اللہ ذوالجلال نے 18 نبیاں دا تذکرہ کیتا ہے حالاں نبی تو ہی سنان والے ہوندے نے نبی تے اللہ ذوالجلال دا پیغام پہنچان والے ہوندے نے اللہ پاک نے تنبیہ فرمائی اور دنیا جہان دے لوکو 18 نبیاں دا مسلسل اللہ پاک نے اکٹھا تذکرہ کر کے فرمایا اگر اے نبی بھی شرک کر لیندے میں انہاں دیاں نیکیاں نو ضائع کر دینا سی اے پارا ستواں نکل آیا جے عقیدہ توحید کیوں ضروری ہے میری طرف ویکھیا جے اے رب دا قرآن سنیا جے اللہ فرماندے نے وا تلک حجتنا آتینا ابراہیم سپیکر والے پائیا ایکو کٹ ذرا دی آواز کھول دے اے ڈبلنگ آواز کٹ ہوئے سادہ آواز رکھو ان دی آواز کھول ذرا میں تیرے واسطے خصوصی دعا کراں گا انشاءاللہ ادھر میری طرف تہاڈا دل کردا قران سنن نو ذرا ایک واری کہو خو سبحان اللہ ذرا بات چوک کے کہو سبحان اللہ حضرات ذرا قرآن سنیا جے فرمایا ہوا تلک حجتنا آتینا ابراہیم علی قومہ
نَرْفَعُ دَرَجَاتٍ مَّن نَّشَاءُ إِنَّ رَبَّكَ حَكِيمٌ عَلِيمٌ اللہ ذو الجلال دا قرآن اند ہے بابا حق نالو اس حق و یاکو سن سن ادھر میری طرف دیکھو بابا حق نالو اس حق و یاکو کلن حدینا بندوحن حدینا من قبل و من ذریت ہی داوود و سلیمان و ایوب و یوسف و موسی و هارون و کذلک نجزی المحسنین زکریا و یحییٰ و عیسیٰ و الیاس کل من الصالحین و اسماعیل و الیسع و یونس و لوطا و کلا فصلنا علی العالمین و من آبائهم و ذرياتهم و اخوانهم و اجتبيناهم و هديناهم الى صراط مستقيم سالك هدى الله يهدي به من يشاء يهدي به من يشاء من عبادي ولو أشركوا لحبط عنهم ما كانوا أميّا من نتيجة پہنچن لگا جے ولو اشرکو لحبط عنہم ما کانو یعملو اللہ ذوالجلال نے 18 نبیوں دا تذکرہ کر کے فرمایا دنیا جہان دیو لوکو اگر 18 دے 18 پیغمبر شرک کر لیں دے اللہ فرماندے نے میں نہ دی نیکیاں نو ضائع کر دینیاں سن نیکیاں ضائع ہو جانیاں سن امیاں شرک رب نو گوارا نہیں خدا دی قسم اس کائنات اندر سب تو بڑا کبیرہ گناہ اے شرک جے اللہ پاک دی ذات نال کسے نو سانجی شریک ٹھہرانا حضرات تے سب تو بڑا گناہ جے ایدر میری طرف ویکھیا جے اولاداں دین والا کون ہے پتر دین والا کون ہے بولو حضرات میری طرف ویکھو شان رب العالمین دو تین جملے سنو تیاں پت دیوے تے دیندا ہی رب سونا پھر کو سبحان اللہ تیاں بت دیندا ہی رب سونا ان گنت نالے سرمال دیوے لوکی پتراں دے منو ترس دینے تیو تیاں ہی دے کے ٹال دیوے کتے دیوی نہیں دو آجیاں نو کر بے حال دیویں کتے اولاداں دے کے کھولیں دا کتے اولاداں دے کے کھولیں دا سکو لامبڑیوں کلے جڑے پال دیویں